ਚਾਹੁੰਦੇ ਨੇ। ਹੁਣ ਹਿਮਾਚਲ ਚ ਚਿੱਟੇ ਦੇ ਲਈ ਪੰਜਾਬ ਨੂੰ ਕਸੂਰਵਾਰ ਕੰਗਣਾ ਰਣੌਤ ਦੇ ਵੱਲੋਂ ਠਹਿਰਾਇਆ ਗਿਆ ਹੈ। ਕੰਗਣਾ ਨੇ ਪੰਜਾਬ ਦੇ ਨੌਜਵਾਨਾਂ ਨੂੰ ਟਾਰਗੇਟ ਕੀਤਾ ਹੈ ਤੇ ਕਿਹਾ ਹੈ ਕਿ ਗੁਆਂਢੀ ਸੂਬਿਆਂ ਤੋਂ ਆ ਕੇ ਨਸ਼ਾ ਕਰਦੇ ਨੇ, ਚਿੱਟਾ ਲਾਉਂਦੇ ਨੇ, ਸ਼ਰਾਬ ਪੀਂਦੇ ਨੇ, ਸੁਭਾਅ ਕਠੋਰ, ਗਰਮ ਅਤੇ ਹੁੱਲੜਬਾਜ਼। ਸਾਡੇ ਨੌਜਵਾਨਾਂ ਨੂੰ ਉਹਨਾਂ ਦੇ ਅਸਰ ਤੋਂ ਬਚਾਉਣਾ ਹੈ, ਕੰਗਣਾ ਦੇ ਵੱਲੋਂ ਸਟੇਟਮੈਂਟ ਦਿੱਤੀ ਗਈ ਹੈ। ਇਹ ਗੱਲਾਂ ਕੰਗਣਾ ਨੇ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਨ ਦੇ ਦੌਰਾਨ ਮੰਚ ਤੋਂ ਕੀਤੀਆਂ। ਜ਼ਿਕਰਯੋਗ ਹੈ ਕਿ ਇੱਕ ਤੋਂ ਬਾਅਦ ਇੱਕ ਕੰਗਣਾ ਰਣੌਤ ਦੇ ਵੱਲੋਂ ਵਿਵਾਦਿਤ ਬਿਆਨ ਦਿੱਤੇ ਜਾਂਦੇ ਨੇ। ਹਾਲ ਹੀ 'ਚ ਬੀਤੇ ਦਿਨ ਹੀ ਉਹਨਾਂ ਦੇ ਵੱਲੋਂ ਇੱਕ ਵਿਵਾਦਿਤ ਬਿਆਨ ਦਿੱਤਾ ਗਿਆ ਸੀ ਮਹਾਤਮਾ ਗਾਂਧੀ ਨੂੰ ਲੈ ਕੇ। ਉਸ ਤੋਂ ਬਾਅਦ ਵੀ ਸਿਆਸਤ ਕਾਫੀ ਗਰਮਾਈ ਸੀ, ਜੇ ਅਸੀਂ ਪਹਿਲਾਂ ਜ਼ਿਕਰ ਕਰੀਏ ਤਾਂ ਕੰਗਣਾ ਰਣੌਤ ਦੇ ਵੱਲੋਂ ਕਈ ਤਰ੍ਹਾਂ ਦੇ ਵਿਵਾਦਿਤ ਬਿਆਨ ਇੱਕ ਤੋਂ ਬਾਅਦ ਇੱਕ ਦਿੱਤੇ ਜਾਂਦੇ ਨੇ, ਚਾਹੇ ਉਹ ਕਿਸਾਨੀ ਅੰਦੋਲਨ ਨੂੰ ਲੈ ਕੇ ਦਿੱਤਾ ਗਿਆ ਹੋਏ, ਚਾਹੇ ਉਹ ਸਿੱਖਾਂ ਨੂੰ ਲੈ ਕੇ ਦਿੱਤਾ ਗਿਆ ਹੋਏ, ਚਾਹੇ ਉਹ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਤਾ ਹੋਏ। ਹਾਲ ਹੀ 'ਚ ਆਪਣੀ ਮੂਵੀ ਐਮਰਜੈਂਸੀ ਦੇ ਲਈ ਵੀ ਕੰਗਣਾ ਰਣੌਤ ਜੀ ਨੇ ਕਾਫੀ ਵਿਵਾਦਾਂ 'ਚ ਘਿਰੇ ਹੋਏ ਨੇ। ਹੁਣ ਇੱਕ ਵਾਰ ਫਿਰ ਤੋਂ ਕੰਗਣਾ ਰਣੌਤ ਦੇ ਬੋਲ ਜਿਹਨੂੰ ਉਹ ਵਿਗੜੇ ਨੇ। ਹਿਮਾਚਲ 'ਚ ਚਿੱਟੇ ਲਈ ਪੰਜਾਬ ਨੂੰ ਕਸੂਰਵਾਰ ਕੰਗਣਾ ਰਣੌਤ ਦੇ ਵੱਲੋਂ ਦੱਸਿਆ ਗਿਆ ਹੈ। ਮੰਡੀ ਤੋਂ ਐਮਪੀ ਨੇ ਤੇ ਕੰਗਣਾ ਨੇ ਪੰਜਾਬ ਦੇ ਨੌਜਵਾਨਾਂ ਨੂੰ ਡਾਇਰੈਕਟਲੀ ਇਨਡਾਇਰੈਕਟਲੀ ਟਾਰਗੇਟ ਕੀਤਾ ਹੈ। ਗੁਆਂਢੀ ਸੂਬਿਆਂ ਤੋਂ ਆ ਕੇ ਨਸ਼ਾ ਕਰਦੇ ਨੇ ਨੌਜਵਾਨ, ਚਿੱਟਾ ਲਾਉਂਦੇ ਨੇ, ਸ਼ਰਾਬ ਪੀਂਦੇ ਨੇ, ਸੁਭਾਅ ਪੱਖੋਂ ਨੇ ਗਰਮ ਅਤੇ ਹੁੱਲੜਬਾਜ਼। ਹਾਲਾਂਕਿ ਬੀਜੇਪੀ ਲਗਾਤਾਰ ਜੋ ਕਹਿੰਦੀ ਹੈ ਕਿ ਜੋ ਆ ਕੰਗਣਾ ਰਣੌਤ ਦੇ ਨਿੱਜੀ ਆਪਣੇ ਪਰਸਨਲ ਬਿਆਨ ਨੇ। ਪ੍ਰਧਾਨ ਜੀ ਨੇ ਵੀ ਕਿਹਾ ਕਿ ਆਹ ਹਰੇ ਸੇ ਜੇ ਅੱਗੇ ਪਿੱਛੇ ਨੇ ਰਾਜੇ, ਉੱਥਾਂ ਤੇ ਨਵੀਂ ਨਵੀਂ ਚੀਜ਼ਾਂ ਲੱਗ ਰਹੀਆਂ ਹਰੇ ਇੱਥੇ ਆਉਣੇ, ਕੋਈ ਚਿੱਟਾ, ਕੋਈ ਕੁਛ, ਕੋਈ ਕੁਛ। ਇਹਨਾਂ ਨੇ ਹਮਾਰੇ ਜੋ ਹੈ ਯੂਥ ਕੋ ਪੂਰੀ ਤਰ੍ਹਾਂ ਸੇ ਜੋ ਹੈ ਵੋ ਬਰਬਾਦ ਕਰ ਦਿਆ ਹੈ। ਤਾਂ ਹਾਂ, ਇਹਨਾਂ ਤੇ ਨਹੀਂ ਕੁਛ ਸਿੱਖਣਾ ਆਇਆ, ਜੋ ਚਾਹੇ ਚਿੱਟਾ ਹੋ, ਚਾਹੇ ਉਗਰਤਾ ਹੋ, ਚਾਹੇ ਕੁਛ ਵੀ ਹੋ। ਤੂੰ ਜੋ ਪਤਾ, ਮੈਂ ਕੁਛ ਰਾਜੇ ਦੀ ਗੱਲ ਕਰੀ ਰਹੀ, ਬੜਾ ਉਗਰ ਇਨਕਾ ਸੁਭਾਵ ਹੋਤਾ ਹੈ, ਬਾਈ ਕਬਰਾਂ ਪਰ ਬਾਈ ਹੋ ਹੱਲਾ ਕਰਾਏ, ਡਰੱਗਸ ਕਰਾਏ, ਪਤਾ ਨਹੀਂ ਕਿਹੜੀ ਕਿਹੜੀ ਸ਼ਰਾਬਾਂ ਪੀਏ, ਪਰ ਬਾਈ ਉਤਪਾਤ ਮਚਾਏ ਰਹਾ ਹੋਏ ਨੇ। ਤਾਂ ਉਸਤੇ ਜੋ ਹੈ ਮੈਂ ਇਹ ਕਹੂੰਗੀ ਕਿ ਹਮਾਰੇ ਹਿਮਾਚਲ ਵਾਸੀਓਂ ਕਾ ਜੋ ਆਪਣੀ ਜੋ ਸੰਸਕ੍ਰਿਤੀ ਹੈ, ਹਮਾਰਾ ਆਪਣਾ ਜੋ ਗ੍ਰਾਮੀਣ ਕਲਚਰ ਹੈ, ਹਮਾਰੇ ਆਪਣੇ ਜੋ ਬੱਚੇ ਹੈ, ਉਹ ਕਿਸੇ ਤਰੀਕੇ ਸੇ ਜੋ ਹੈ ਇਨਕੇ ਪ੍ਰਭਾਵ ਮੇਂ ਨਾ ਆਏ। ਤੇ ਕੰਗਣਾ ਰਣੌਤ ਦੇ ਵੱਲੋਂ ਅਵਿਵਾਦਿਤ ਬਿਆਨ ਇੱਕ ਵਾਰ ਮੁੜ ਤੋਂ ਦਿੱਤਾ ਗਿਆ। ਹਾਲਾਂਕਿ ਗੁਆਂਢੀ ਸੂਬੇ ਪੰਜਾਬ ਨੂੰ ਕਿਤਨਾ ਕਿਤੇ ਇਨਡਾਇਰੈਕਟਲੀ ਟਾਰਗੇਟ ਕੰਗਣਾ ਰਣੌਤ ਦੇ ਵੱਲੋਂ ਕੀਤਾ ਜਾ ਰਿਹਾ। ਕਿਹਾ ਗਿਆ ਹੈ ਕਿ ਜੋ ਵੀ ਨੌਜਵਾਨ ਨੇ, ਅਸੀਂ ਚਾਹੁੰਦੇ ਹਾਂ ਕਿ ਜੋ ਚਿੱਟਾ ਲਾਉਂਦੇ ਨੇ, ਸ਼ਰਾਬ ਪੀਂਦੇ ਨੇ, ਉਹਨਾਂ ਦੀ ਸ਼ਹਿ 'ਚ, ਉਹਨਾਂ ਦੀ ਬਹਿਕਾ ਵਿੱਚ ਹਿਮਾਚਲ ਦੇ ਨੌਜਵਾਨ ਨਾ ਆਉਣ, ਗੁਆਂਢੀ ਸੂਬਿਆਂ ਤੋਂ ਆ ਕੇ ਇਹਨਾਂ ਦੇ ਵੱਲੋਂ ਨਸ਼ਾ ਕੀਤਾ ਜਾਂਦਾ। ਜੈਸੇ ਕਿ ਪ੍ਰਧਾਨ ਜੀ ਨੇ ਵੀ ਕਿਹਾ ਕਿ ਆਹ ਅੱਗੇ ਪਿੱਛੇ ਨੇ ਰਾਜੇ, ਉੱਥਾਂ ਤੇ ਨਵੀਂ ਨਵੀਂ ਚੀਜ਼ਾਂ ਲੱਗ ਰਹੀਆਂ ਹਰੇ ਇੱਥੇ ਆਉਣੇ, ਕੋਈ ਚਿੱਟਾ, ਕੋਈ ਕੁਛ, ਕੋਈ ਕੁਛ। ਇਹਨਾਂ ਨੇ ਹਮਾਰੇ ਜੋ ਹੈ ਯੂਥ ਕੋ ਪੂਰੀ ਤਰ੍ਹਾਂ ਸੇ ਜੋ ਹੈ ਵੋ ਬਰਬਾਦ ਕਰ ਦਿਆ ਹੈ। ਤਾਂ ਹਾਂ, ਇਹਨਾਂ ਤੇ ਨਹੀਂ ਕੁਛ ਸਿੱਖਣਾ ਆਇਆ, ਜੋ ਚਾਹੇ ਚਿੱਟਾ ਹੋ, ਚਾਹੇ ਉਗਰਤਾ ਹੋ, ਚਾਹੇ ਕੁਛ ਵੀ ਹੋ। ਤੂੰ ਜੋ ਪਤਾ, ਮੈਂ ਕੁਛ ਰਾਜੇ ਦੀ ਗੱਲ ਕਰੀ ਰਹੀ, ਬੜਾ ਉਗਰ ਇਨਕਾ ਸੁਭਾਵ ਹੋਤਾ ਹੈ, ਬਾਈ ਕਬਰਾਂ ਪਰ ਬਾਈ ਹੋ ਹੱਲਾ ਕਰਾਏ, ਡਰੱਗਸ ਕਰਾਏ, ਪਤਾ ਨਹੀਂ ਕਿਹੜੀ ਕਿਹੜੀ ਸ਼ਰਾਬਾਂ ਪੀਏ, ਪਰ ਬਾਈ ਉਤਪਾਤ ਮਚਾਏ ਰਹਾ ਹੋਏ ਨੇ। ਤਾਂ ਉਸਤੇ ਜੋ ਹੈ ਮੈਂ ਇਹ ਕਹੂੰਗੀ ਕਿ ਹਮਾਰੇ ਹਿਮਾਚਲ ਵਾਸੀਓਂ ਕਾ ਜੋ ਆਪਣੀ ਜੋ ਸੰਸਕ੍ਰਿਤੀ ਹੈ, ਹਮਾਰਾ ਆਪਣਾ ਜੋ ਗ੍ਰਾਮੀਣ ਕਲਚਰ ਹੈ, ਹਮਾਰੇ ਆਪਣੇ ਜੋ ਬੱਚੇ ਹੈ, ਉਹ ਕਿਸੇ ਤਰੀਕੇ ਸੇ ਜੋ ਹੈ ਇਨਕੇ ਪ੍ਰਭਾਵ ਮੇਂ ਨਾ ਆਏ। ਜੈਸੇ ਕਿ ਪ੍ਰਧਾਨ ਜੀ ਨੇ ਵੀ ਕਿਹਾ ਕਿ ਆਹ ਰਹੇ ਸੇ ਜੇ ਅੱਗੇ ਪਿੱਛੇ ਰਾਜੇ,
ਉੱਥੇ ਤੇ ਨਵੀਂ ਨਵੀਂ ਚੀਜ਼ਾਂ ਲੱਗ ਰਹੀਆਂ ਹਰੇਥੀ ਆਉਣੇ, ਕੋਈ ਚਿੱਟਾ, ਕੋਈ ਕੁਛ, ਕੋਈ ਕੁਛ। ਇਹਨੇ ਹਮਾਰੇ ਜੋ ਹੈ ਯੂਥ ਕੋ ਪੂਰੀ ਤਰ੍ਹਾਂ ਸੇ ਜੋ ਹੈ ਵੋ ਬਰਬਾਦ ਕਰ ਦਿਆ ਹੈ। ਤਾਂ ਹਾਂ, ਇਹਨਾਂ ਤੇ ਨਹੀਂ ਕੁਛ ਸਿੱਖਣਾ ਆਇਆ। ਇਹ ਚਾਹੇ ਚਿੱਟਾ ਹੋ, ਚਾਹੇ ਉਗਰਤਾ ਹੋ, ਚਾਹੇ ਕੁਛ ਵੀ ਹੋ। ਤੂੰ ਜੋ ਪਤਾ, ਮੈਂ ਕੁਛ ਰਾਜੇ ਦੀ ਗੱਲ ਕਰੀ ਰਹੀ। ਬੜਾ ਉਗਰ ਇਨਕਾ ਸੁਭਾਵ ਹੋਤਾ ਹੈ, ਬਾਈਕ ਘਬਰਾਉਣ ਪਰ ਬਾਈ ਹੋ ਹੱਲਾ ਕਰਾਏ, ਡਰੱਗਸ ਕਰਾਏ, ਪਤਾ ਨਹੀਂ ਕਿਹੜੀ ਕਿਹੜੀ ਸ਼ਰਾਬਾਂ ਪੀਏ, ਪਤਾ ਉਤਪਾਤ ਮਚਾਏ ਰਹਾ ਹੋਏ ਨੇ। ਤਾਂ ਉਸਤੇ ਜੋ ਹੈ ਮੈਂ ਇਹ ਕਹੂੰਗੀ ਕਿ ਹਮਾਰੇ ਹਿਮਾਚਲ ਵਾਸੀਓ ਕਾ ਜੋ ਆਪਣੀ ਜੋ ਸੰਸਕ੍ਰਿਤੀ ਹੈ, ਹਮਾਰਾ ਆਪਣਾ ਜੋ ਗ੍ਰਾਮੀਣ ਕਲਚਰ ਹੈ, ਹਮਾਰੇ ਆਪਣੇ ਜੋ ਬੱਚੇ ਹੈ ਵੋ ਕਿਸੇ ਤਰੀਕੇ ਸੇ ਜੋ ਹੈ ਇਨਕੇ ਪ੍ਰਭਾਵ ਮੇਂ ਨਾ ਆਏ। ਤੇ ਸਾਡੇ ਨਾਲ ਸੁਖਵਿੰਦਰ ਕੋਟਲੀ ਜੁੜੇ ਹੋਏ ਨੇ, ਕਾਂਗਰਸੀ ਆਗੂ ਨੇ। ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਨਿਊਜ਼ 18 ਪੰਜਾਬ ਤੇ। ਕੰਗਣਾ ਰਣੌਤ ਦੇ ਵੱਲੋਂ ਇੱਕ ਵਾਰ ਫਿਰ ਤੋਂ ਵਿਵਾਦਿਤ ਬੋਲ ਬੋਲੇ ਗਏ ਨੇ। ਹਿਮਾਚਲ 'ਚ ਚਿੱਟੇ ਦੇ ਲਈ ਕਿਤਨਾ ਕਿਤੇ ਪੰਜਾਬ ਨੂੰ ਕਸੂਰਵਾਰ ਕੰਗਣਾ ਰਣੌਤ ਦੇ ਵੱਲੋਂ ਠਹਿਰਾਇਆ ਗਿਆ। ਦੇਖੋ, ਮੈਨੂੰ ਬਹੁਤ ਅਫਸੋਸ ਹੈ ਕਿ ਕੰਗਣਾ ਰਣੌਤ ਅੱਜ ਤੋਂ ਨਹੀਂ, ਇਹ ਤਾਂ ਬਹੁਤ ਲੰਬੇ ਸਮੇਂ ਤੋਂ ਪੰਜਾਬ ਤੇ ਪੰਜਾਬੀਅਤ ਤੇ ਸਿੱਖਾਂ ਨੂੰ ਬਦਨਾਮ ਕਰਨ ਦੇ ਅੰਦਰ ਕੋਈ ਆਪਣੀ ਕਸਰ ਨਹੀਂ ਛੱਡ ਰਹੀ। ਕਦੇ ਤਾਂ ਕੰਗਣਾ ਰਣੌਤ ਸਾਡੀਆਂ ਬੀਬੀਆਂ ਨੂੰ 100-100 ਰੁਪਏ ਦੇ ਉੱਤੇ, ਸਿੱਖ ਬੀਬੀਆਂ ਨੂੰ, ਅੰਮ੍ਰਿਤਧਾਰੀ ਬੀਬੀਆਂ ਨੂੰ ਜਿਹੜੀਆਂ ਕਿਸਾਨ ਅੰਦੋਲਨ ਦੇ ਅੰਦਰ ਸ਼ਾਮਿਲ ਸੀ, ਲੰਗਰ ਦੀ ਸੇਵਾ, ਪਾਣੀ ਦੀ ਸੇਵਾ, ਹੋਰ ਜੋ ਕੁਛ ਕਰਕੇ ਉਹ ਆਪਣਾ ਪ੍ਰੋਟੈਸਟ ਕਰ ਰਹੇ ਸੀਗੇ, ਉਹਨਾਂ ਨੂੰ ਇਹ ਕਹਿ ਰਹੇ ਸੀ ਕਿ ਬੀਬੀਆਂ ਨੂੰ 100-100 ਰੁਪਈਆਂ ਦੇ ਉੱਤੇ ਲੈ ਕੇ ਆਉਂਦਾ ਹੋਇਆ। ਉਸ ਤੋਂ ਬਾਅਦ ਸਾਨੂੰ ਕਦੇ ਅੱਤਵਾਦੀ ਕਿਹਾ ਜਾਂਦਾ, ਕਦੇ ਸਾਨੂੰ ਪਾਕਿਸਤਾਨ ਦੇ ਹਿਤੈਸ਼ੀ ਇਹ ਦੱਸ ਰਹੀ ਹੈ ਸਾਡੀ ਮੈਂਬਰ ਪਾਰਲੀਮੈਂਟ। ਮੈਂ ਸੋਚਦਾ ਕਿ ਮੈਂ ਤਾਂ ਅੱਜ ਖੁੱਲੇ ਰੂਪ ਦੇ ਅੰਦਰ ਕਹਿਣਾ ਚਾਹੁੰਦਾ ਕਿ ਪਿਛਲੇ ਦਿਨਾਂ ਤੋਂ ਵੀ ਜੋ ਕੁਛ ਦੇਖ ਰਹੇ ਹਾਂ ਕਿ ਪੰਜਾਬ ਦੇ ਲਈ ਜਾਂ ਦੇਸ਼ ਦੇ ਅੰਦਰ ਅੱਗ ਲਾਉਣ ਤੋਂ ਘੱਟ ਜਿਹੜੀ ਕੰਗਣਾ ਰਣੌਤ ਉਹ ਕਰ ਨਹੀਂ ਰਹੀ। ਮੈਂ ਤਾਂ ਹੁਣ ਸਪਸ਼ਟ ਰੂਪ ਦੇ ਵਿੱਚ ਇਹ ਕਹਿਣਾ ਚਾਹੁੰਦਾ ਕਿ ਰੋਜ਼ ਵਾਰ-ਵਾਰ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ ਕੰਗਣਾ ਰਣੌਤ ਦੇ ਨਾਲ ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੇ ਸਿੱਖਾਂ ਨੂੰ ਜਿਹੜਾ ਉਹ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਉਹ ਕਹਿ ਰਹੇ ਕਿ ਸਾਡੇ ਪ੍ਰਦੇਸ਼ ਦੇ ਵਿੱਚ ਆ ਕੇ ਏਦਾਂ ਕਰ ਰਹੇ ਨੇ, ਉਹ ਕਰ ਰਹੇ ਨੇ। ਸੋ ਮੇਰਾ ਮਤਲਬ ਆ ਕਿ ਇਹ ਆਪਣਾ ਦਿਮਾਗੀ ਸੰਤੁਲਨ ਗਵਾ ਚੁੱਕੀ ਹੈ। ਮੈਂ ਤਾਂ ਅੱਜ ਇਹੀ ਕਹੂੰਗਾ ਕਿ ਇਹ ਸਾਰੇ ਮਸਲਿਆਂ ਦੇ ਉੱਤੇ ਕੰਗਣਾ ਰਣੌਤ ਹੀ ਕਿਉਂ ਬੋਲ ਰਹੀ ਹੈ। ਜਦੋਂ ਕਿਸੇ ਬੀਜੇਪੀ ਦੇ ਉੱਚ ਕੋਟੀ ਦੇ ਨੇਤਾਵਾਂ ਦੇ ਨਾਲ ਆਪਾਂ ਡਿਬੇਟ 'ਚ ਕਦੇ ਹਿੱਸਾ ਲੈਂਦੇ ਹਾਂ ਤੇ ਉਹ ਕੰਗਣਾ ਰਣੌਤ ਦੇ ਬਿਆਨ ਤੋਂ ਕਿਨਾਰਾ ਕਰ ਜਾਂਦੇ ਨੇ ਜੀ। ਸੋ ਫਿਰ ਇਹਦਾ ਮਤਲਬ ਆ ਕਿ ਇੱਕ ਜਾਣ ਬੁੱਝ ਕੇ ਕਿਸੇ ਨਾ ਕਿਸੇ, ਤੁਹਾਨੂੰ ਲੱਗਦਾ ਹੈ ਕਿ ਬੀਜੇਪੀ ਦੇ ਸ਼ਹਿ ਤੇ ਹੀ ਇਹੋ ਜਿਹੇ ਵਿਵਾਦਿਤ ਬੋਲ ਬੋਲੇ ਜਾ ਰਹੇ ਨੇ? ਜਦੋਂ ਉਹ ਬੀਜੇਪੀ ਦੇ ਮੈਂਬਰ ਪਾਰਲੀਮੈਂਟ ਨੇ ਤੇ ਇੱਕ ਜ਼ਿੰਮੇਵਾਰ ਅਹੁਦਾ ਹੁੰਦਾ, ਉਹ ਚੁਣ ਕੇ ਮੰਡੀ ਤੋਂ ਗਏ ਨੇ, ਮੈਂਬਰ ਪਾਰਲੀਮੈਂਟ ਬਣੇ ਨੇ, ਤਾਂ ਫਿਰ ਬੀਜੇਪੀ ਦੇ ਜਿਹੜੇ ਜਦੋਂ ਆਗੂ ਇਹ ਕਹਿ ਦਿੰਦੇ ਨੇ ਕਿ ਇਹ ਉਹਨਾਂ ਦੀ ਨਿੱਜੀ ਰਾਏ ਹੋ ਸਕਦੀ ਆ, ਫਿਰ ਉਹਨਾਂ ਨੂੰ ਇਸ ਗੱਲ ਕਹਿਣ ਤੋਂ ਤੁਰੰਤ ਰੋਕਿਆ ਜਾਣਾ ਚਾਹੀਦਾ ਤਾਂ ਕਿ ਇਹ ਨਾ ਹੋਵੇ ਫਿਰ ਹੋਰ ਵੀ ਕੋਈ ਆਗੂ ਉੱਠ ਕੇ ਅਜਿਹੇ ਜਿਹੇ ਫਿਰ ਕੋਈ ਬਿਆਨ ਜਿਹੜੇ ਹੈ ਉਹ ਦੇਣ, ਜਿਹਦੇ ਨਾਲ ਫਿਰ ਕੋਈ ਟਕਰਾਅ ਦੀ ਇਹ ਜਿਹੜੀ ਨੀਤੀ ਉਹ ਇੱਥੇ ਰਾਜਨੀਤੀ ਚੱਲਣ ਲੱਗ ਪਵੇ। ਸੋ ਮੈਂ ਤਾਂ ਬੇਨਤੀ ਕਰਨੀ ਚਾਹੁੰਦਾ ਭਾਰਤੀ ਜਨਤਾ ਪਾਰਟੀ ਨੂੰ ਇਹ ਅਜਿਹੇ ਬਿਆਨਾਂ ਦੇ ਨਾਲ। ਤੁਹਾਨੂੰ ਲੱਗਦਾ ਹੈ ਕਿ ਬੀਜੇਪੀ ਕੋਈ ਕਾਰਵਾਈ ਨਹੀਂ ਕਰਦੀ ਤਾਂ ਹੀ ਇੱਕ ਤੋਂ ਬਾਅਦ ਇੱਕ ਇਹੋ ਜਿਹੇ ਕੰਟਰੋਵਰਸ਼ੀਅਲ ਬਿਆਨ ਦਿੱਤੇ ਜਾਂਦੇ ਨੇ? ਮੈਂ ਕਹਿੰਦਾ ਜੀ, ਅਗਰ ਕੋਈ ਕਾਂਗਰਸੀ ਕਿਸੇ ਗੱਲ ਦੀ ਕੋਈ ਅਜਿਹੀ ਗੱਲ ਕਰੇ, ਕੋਈ ਤੱਤਵਾਜੀ ਦੀ ਗੱਲ ਕਰੇ, ਅਗਰ ਅਸੀਂ ਕੋਈ ਗੱਲ ਨਹੀਂ ਕਰਾਂਗੇ ਤੇ ਇਹਦਾ ਮਤਲਬ ਹੈ ਫਿਰ ਅਸੀਂ ਕੋਈ ਨਾ ਕੋਈ ਸ਼ਹਿ ਦੇ ਰਹੇ ਹਾਂ ਜੀ।
ਕਾਂਗਰਸ ਪਾਰਟੀ ਦਾ ਕੋਈ ਨੁਮਾਇੰਦਾ ਨਹੀਂ ਕਰ ਰਿਹਾ ਤੇ ਜੇ ਬੀਜੇਪੀ ਦੇ ਨੁਮਾਇੰਦੇ ਕਰ ਰਹੇ ਇਹਦਾ ਮਤਲਬ ਉਹਨਾਂ ਨੂੰ ਸ਼ਹਿ ਦਿੱਤੀ ਜਾ ਰਹੀ ਹੈ। ਮੈਂ ਬੇਨਤੀ ਕਰਨੀ ਚਾਹੁੰਦਾ ਤੁਹਾਡੇ ਮਾਧਿਅਮ ਦੇ ਰਾਹੀਂ, ਪੂਰੀ ਦੁਨੀਆ ਨਿਊਜ਼ 18 ਨੂੰ ਦੇਖ ਰਹੀ, ਪੂਰਾ ਦੇਸ਼ ਦੇਖ ਰਿਹਾ, ਹਰੇਕ ਸਟੇਟ ਦੇ ਲੋਕ ਦੇ ਰਹੇ ਨੇ, ਇੰਟੈਕਚੁਅਲ ਪ੍ਰੈਸ ਸਾਰੀ ਦੁਨੀਆ ਦੇਖ ਰਹੀ ਹੈ, ਬਹੁਤ ਵੱਡਾ ਚੈਨਲ ਅਦਾਰਾ ਆ। ਮੈਂ ਤੁਹਾਡੇ ਰਾਹੀਂ ਬੇਨਤੀ ਕਰਨੀ ਚਾਹੁੰਦਾ ਭਾਰਤੀ ਜਨਤਾ ਪਾਰਟੀ ਦੇ ਆਗੂ ਸਾਹਿਬਾਨ ਨੂੰ ਕਿ ਤੁਰੰਤ ਇਸ ਮਾਮਲੇ ਦੇ ਉੱਤੇ ਰੋਕ ਲਵਾਉਣੀ ਚਾਹੀਦੀ ਹੈ, ਤਾਂ ਕਿ ਅਜਿਹੀ ਬਿਆਨਬਾਜ਼ੀ ਦੇ ਨਾਲ ਕੋਈ ਪੰਜਾਬ ਜਾਂ ਦੇਸ਼ ਦੇ ਅੰਦਰ ਕੋਈ ਅਜਿਹਾ ਖਲਾਅ ਨਾ ਪੈਦਾ ਹੋਵੇ ਜਿਹਦੇ ਨਾਲ ਕੋਈ ਸਾਡਾ ਜਾਤਾਂ ਧਰਮਾਂ ਦਾ ਕੋਈ ਟਕਰਾਅ, ਪੰਜਾਬੀਅਤ ਦਾ ਜਾਂ ਹਿਮਾਚਲ ਦਾ, ਸਾਡਾ ਤਾਂ ਇਕੱਠਾ ਸੂਬਾ ਸੀ, ਅਸੀਂ ਇਕੱਠੇ ਜੰਮੇ ਨੇ, ਸਾਡੇ ਮਾਂ ਬਾਪ ਬਾਬੇ ਦਾਦੇ ਜਿਹੜੇ ਨੇ ਉਹ ਇਕੱਠੇ ਰਹੇ ਨੇ, ਇੱਕ ਪ੍ਰਦੇਸ਼ ਆ, ਇੱਕ ਦੇਸ਼ ਆ, ਇੱਕ ਦੇਸ਼ ਦਾ ਝੰਡਾ ਆ, ਆਪਾਂ ਕਿਉਂ ਦੇਸ਼ ਨੂੰ ਕਿਹੜੇ ਰਸਤੇ ਤੇ ਤੋਰ ਕੇ ਤੁਸੀਂ ਸਾਨੂੰ ਪੰਜਾਬੀਆਂ ਨੂੰ, ਪੰਜਾਬ ਦੇ ਸਿੱਖਾਂ ਨੂੰ, ਪੰਜਾਬ ਦੇ ਨੌਜਵਾਨਾਂ ਨੂੰ ਤੁਸੀਂ ਇੰਨਾ ਕੁਛ ਕਹਿ ਰਹੇ ਹੋ? ਫਿਰ ਮੇਰੇ ਖਿਆਲ ਦੇ ਅੰਦਰ ਅਸੀਂ ਵੀ ਫਿਰ ਚੁੱਪ ਨਹੀਂ ਬੈਠਾਂਗੇ, ਫਿਰ ਸਾਨੂੰ ਵੀ ਕੋਈ ਅਜਿਹਾ ਰੁੱਖ ਅਖਤਿਆਰ ਕਰਨਾ ਪਏਗਾ ਤਾਂ ਕਿ ਅਸੀਂ ਆਪਣੇ ਲੋਕਾਂ ਦੀ, ਪੰਜਾਬ ਦੇ ਲਈ ਢਾਲ ਬਣ ਕੇ ਪੰਜਾਬੀਆਂ ਦੇ ਪਿੱਛੇ ਖੜਾ ਹੋਈਏ, ਫਿਰ ਟਕਰਾਅ ਜਿਹੜਾ ਉਹ ਅੱਗੇ ਚਲੇ ਜਾਏਗਾ, ਉਹਦੇ ਨਾਲ ਫਿਰ ਪੰਜਾਬ ਦਾ ਵੀ, ਦੇਸ਼ ਦਾ ਵੀ ਫਿਰ ਨੁਕਸਾਨ ਹੋਏਗਾ। ਮੈਂ ਤਾਂ ਬੇਨਤੀ ਕਰਨੀ ਚਾਹੁੰਦਾ ਭਾਰਤੀ ਜਨਤਾ ਪਾਰਟੀ ਦੇ ਆਗੂ ਸਾਹਿਬਾਨ ਨੂੰ, ਉਹਨਾਂ ਨੂੰ ਵੀ, ਸਾਡੀ ਭੈਣ ਹੈ, ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਠੀਕ ਹੈ ਤੁਹਾਡਾ ਖੇਤਰ ਜਿਹੜਾ ਪਹਿਲਾਂ ਕੋਈ ਹੋਰ ਸੀ, ਰਾਜਨੀਤਿਕ ਖੇਤਰ ਕੋਈ ਹੋਰ ਹੁੰਦਾ, ਇਹਦੇ ਅੰਦਰ ਤਜਰਬੇ ਦੀ ਬਹੁਤ ਵੱਡੀ ਲੋੜ ਹੁੰਦੀ ਆ ਜਿਹੜੀ ਦੇਸ਼ ਤੇ ਕੌਮ ਤੇ ਸਟੇਟਾਂ ਨੂੰ ਇਕੱਠਾ ਰੱਖ ਸਕਦੀ ਹੈ, ਥੋੜਾ ਤਜਰਬਾ ਲੈਣਾ ਚਾਹੀਦਾ ਅਜਿਹੇ ਬਿਆਨ ਦੇ ਕੇ, ਕੋਈ ਪੜਕਾਟ ਦੇ ਅੰਦਰ ਪੰਜਾਬ ਤੇ ਦੇਸ਼ ਦੇ ਅੰਦਰ ਕੋਈ ਇਦਾਂ ਦਾ ਖਲਾਅ ਨਹੀਂ ਪੈਦਾ ਕਰਨਾ ਚਾਹੀਦਾ, ਪੰਥਪਾਤ ਦੀ ਗੱਲ ਹੈ। ਜੀ, ਤੁਸੀਂ ਨਾਲ ਜੁੜੇ ਰਹੋ, ਕੋਟਲੀ ਸਾਹਿਬ ਸਾਡਾ ਵਿਰਸਾ ਸਿੰਘ ਵਲਟੋਹਾ ਜੁੜ ਗਏ ਨੇ, ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਨੇ, ਸਰ ਬਹੁਤ ਬਹੁਤ ਸਵਾਗਤ ਹੈ। ਕੰਗਣਾ ਰਣੌਤ ਦੇ ਵੱਲੋਂ ਇੱਕ ਵਾਰ ਫਿਰ ਤੋਂ ਵਿਵਾਦਿਤ ਬੋਲ ਬੋਲੇ ਗਏ ਨੇ, ਹਿਮਾਚਲ 'ਚ ਚਿੱਟੇ ਦੇ ਲਈ ਪੰਜਾਬ ਦੇ ਨੌਜਵਾਨਾਂ ਨੂੰ ਕਸੂਰਵਾਰ ਠਹਿਰਾਇਆ ਗਿਆ। ਵਲਟੋਹਾ ਜੀ, ਹਾਂਜੀ ਹਾਂਜੀ ਜੀ, ਸਰ ਇੱਕ ਵਾਰ ਫਿਰ ਤੋਂ ਕੰਗਣਾ ਰਣੌਤ ਦੇ ਵੱਲੋਂ ਵਿਵਾਦਿਤ ਬੋਲ ਬੋਲੇ ਗਏ ਨੇ, ਹਿਮਾਚਲ 'ਚ ਚਿੱਟੇ ਦੇ ਲਈ, ਡਰੱਗਸ ਦੇ ਲਈ ਪੰਜਾਬ ਦੇ ਨੌਜਵਾਨਾਂ ਨੂੰ ਕਸੂਰਵਾਰ ਠਹਿਰਾਇਆ ਗਿਆ। ਦੇਖੋ, ਮੇਰਾ ਖਿਆਲ ਹੈ ਕਿ ਕਿਤੇ ਕੱਲ ਨੂੰ, ਚਲੋ ਭਾਵੇਂ ਲਫ਼ਜ਼ ਤੇ ਮੇਰੇ ਉਹੋ ਜਿਹਾ, ਪਰ ਮੈਨੂੰ ਵਰਤਣੇ ਅੱਜ ਮਜਬੂਰੀ ਨਾਲ ਪੈ ਰਹੇ ਆ ਕਿ ਕਹਿ ਦੇ ਕਿ ਮੇਰੇ ਜੰਮਣ 'ਚ ਵੀ ਜਿਹੜਾ ਪੰਜਾਬੀਆਂ ਦਾ ਬਹੁਤ ਵੱਡਾ ਰੋਲ ਆ, ਇਹ ਨਾ ਕਿਤੇ ਕੱਲ ਨੂੰ ਕਹਿ ਦਿੰਦੀ ਹੋਵੇ। ਹਾਂਜੀ, ਇਸ ਕਰਕੇ ਜਿਹੜੀ ਹੱਥ ਬੰਨ ਕੇ ਬੇਨਤੀ ਆ ਇਸ ਬੀਬੀ ਨੂੰ ਕਿ ਬੀਬੀ ਆਪਣੇ ਆਪ ਤੇ ਕੰਟਰੋਲ ਕਰ, ਕੰਟਰੋਲ ਤੇ ਮੇਰਾ ਕਹਿ ਰਿਹਾ ਕਿ ਇਹ ਤੇ ਮੈਂਟਲ ਹਸਪੀਟਲ ਦਿਖਾਉਣ ਵਾਲੀ ਹੈ। ਹਾਂਜੀ, ਆਪਣੇ ਆਪ ਤੇ ਉਹਦਾ ਕੋਈ ਕੰਟਰੋਲ ਨਹੀਂ ਜਾਪਦਾ, ਪਰ ਇਹ ਵਿਵਾਦਿਤ ਟਿੱਪਣੀਆਂ, ਵਿਵਾਦਿਤ ਬਿਆਨ ਕਿਉਂ ਦਿੰਦੀ ਹੈ, ਇਹਦੇ ਪਿੱਛੇ ਇਹਦੀ ਕੀ ਮਨਸ਼ਾ ਆ? ਹਾਂਜੀ, ਉਹ ਤੇ ਮੋਟੇ ਜਿਹੇ ਰੂਪ 'ਚ ਜਾਂ ਤੇ ਫੇਮ ਭਾਲਦੀ ਹੈ ਤੇ ਜਾਂ ਇਹ ਮੈਂਟਲੀ ਕਿਸੇ ਨਾ ਕਿਸੇ ਰੂਪ 'ਚ ਅਪਸੈਟ ਹੈ, ਜਿਹਨੂੰ ਆਪਾਂ ਸਣਕੀ ਟਾਈਪ ਦੇ ਲੋਕ ਕਹਿ ਦਿੰਦੇ ਹਾਂ ਕਿ ਸਣਕੀ ਹੈ, ਇਹ ਸਾਈਕੋ ਹੈ, ਇਹਨੂੰ ਪੰਜਾਬੀਆਂ ਤੋਂ, ਸਿੱਖਾਂ ਤੋਂ, ਕਿਸਾਨਾਂ ਤੋਂ, ਪੰਜਾਬੀਆਂ ਤੋਂ ਇੰਨੀ ਜ਼ਿਆਦਾ ਸਾਈਕੋ ਪ੍ਰੋਬਲਮ ਹੋ ਚੁੱਕੀ ਆ, ਇਹ ਸਣਕੀ ਹੋ ਚੁੱਕੀ ਆ ਕਿ ਇਹਨੂੰ ਸ਼ਾਇਦ ਰਾਤ ਨੂੰ ਸੁਪਨੇ 'ਚ ਵੀ ਜਿਹੜੇ ਆ ਉਹ ਪੰਜਾਬੀ ਸਿੱਖ ਤੇ ਜਿਹੜੇ ਕਿਸਾਨ ਨੇ ਉਹੀ ਨਜ਼ਰ ਆਉਂਦੇ। ਤੁਸੀਂ ਪਿਛਲੀਆਂ ਦੀਆਂ ਲਗਾਤਾਰ ਜਿੰਨੀਆਂ ਟਿੱਪਣੀਆਂ ਨੇ ਉਹ ਪੰਜਾਬ ਨੂੰ ਲੈ ਕੇ ਨੇ। ਹਾਂਜੀ, ਤੇ ਹੁਣ ਜਿਹੜੀ ਆਹ ਜਿਹੜੀ ਟਿੱਪਣੀ ਕੀਤੀ ਆ ਇਹ ਪੰਜਾਬ ਦੀ ਸਿੱਧੀ ਅਣਖ, ਗੈਰਤ ਤੇ ਸ਼ਾਨ ਦੇ ਖਿਲਾਫ ਹੈ। ਉਹ ਪੰਜਾਬ ਜਿਹਨੇ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਨੇ, ਜਿਹਨੇ ਦੇਸ਼ ਦੀ ਰੱਖਿਆ ਦੇ ਲਈ, ਸਰਹੱਦਾਂ ਦੀ ਰੱਖਿਆ ਦੇ ਲਈ ਸਭ ਤੋਂ ਵੱਧ ਜਾਨਾਂ ਦੀ ਕੁਰਬਾਨੀ ਦਿੱਤੀ ਹੈ, ਜਿਹਨੇ ਜਦੋਂ ਕੰਗਣਾ ਰਣੌਤ ਦੇ ਵੱਡ ਵਡੇਰੇ ਭੁੱਖੇ ਮਰਦੇ ਸੀਗੇ ਤੇ ਜਿਸ ਪੰਜਾਬ ਨੇ ਅੰਨ ਪੈਦਾ ਕਰਕੇ ਇਹਦਾ ਤੇ ਪੂਰੇ ਹਿੰਦੁਸਤਾਨ ਦਾ ਢਿੱਡ ਭਰਿਆ ਸੀਗਾ ਕਿ ਉਹ ਪੰਜਾਬ ਉਸ ਪੰਜਾਬ ਦੇ ਉੱਤੇ ਅੱਜ ਇਹ ਗੱਲਾਂ ਕਰਦੀ ਹੈ। ਜਿੱਥੇ ਤੇ ਇਹ
ਪੰਜਾਬੀਆਂ ਦੀ ਅਣਖ ਨੂੰ, ਸਿੱਖਾਂ ਦੀ ਅਣਖ ਨੂੰ ਇਹ ਵਾਰ ਵਾਰ ਵੰਗਾਰਦੀ ਆ। ਉੱਥੇ ਜਿਹੜਾ ਇਹ ਬਿਆਨ ਹੈ ਇੱਕ ਸੂਬੇ ਦੇ ਉੱਤੇ ਸਿੱਧੇ ਰੂਪ ਚ ਇਸ ਰੂਪ ਚ ਹਮਲਾ ਕਰਨਾ, ਇਸ ਤਰ੍ਹਾਂ ਤੇ ਮੇਰੇ ਖਿਆਲ ਚ ਜਿਹੜਾ ਹਿੰਦੁਸਤਾਨ ਤੇ ਪਾਕਿਸਤਾਨ ਆਪਸ ਚ ਦੁਸ਼ਮਣ ਨੇ ਉਹ ਵੀ ਇੱਕ ਦੂਜੇ ਨੂੰ ਜਿਹੜਾ ਇਸ ਤਰ੍ਹਾਂ ਦੀ ਟਿੱਪਣੀ ਕਰਨ ਲੱਗਿਆ ਸੌ ਵਾਰਾਂ ਸੋਚਦੇ ਨੇ। ਤੇ ਇਹ ਇਹਨੇ ਜਿਹੜਾ ਆ ਇਹ ਨਫ਼ਰਤ ਦੀ ਜਿਹੜੀ ਬੁਨਿਆਦ ਆ, ਪਹਿਲੀ ਤੇ ਗੱਲ ਦੀ ਹਰ ਗੱਲ ਦੇ ਵਿੱਚ ਹੀ ਨਫ਼ਰਤ ਹੁੰਦੀ ਹੈ, ਕੋਈ ਇਹਦੀ ਗੱਲ ਜਿਹੜੀ ਅਜਿਹੀ ਨਹੀਂ ਹੁੰਦੀ ਜਿਹੜੀ ਕਿਸੇ ਵੀ ਪੱਖ ਤੋਂ ਆਪਾਂ ਕਹੀਏ ਕਿ ਕਿਸੇ ਜ਼ਿੰਮੇਵਾਰ ਬੰਦੇ ਦੇ ਮੂੰਹੋਂ ਫੱਬਦੀ ਹੈ। ਹੁਣ ਇਹ ਆਗੂ ਹੈ ਔਰ ਮੈਂਬਰ ਪਾਰਲੀਮੈਂਟ ਹੈ, ਕੋਈ ਛੋਟੀ ਜਿਹੀ ਗੱਲ ਥੋੜੀ ਹੈ। ਤੇ ਜੇ ਇੱਕ ਮੈਂਬਰ ਪਾਰਲੀਮੈਂਟ ਦੇ ਮਨ ਚ ਔਰ ਜਿਹੜਾ ਪੰਜਾਬ ਦੇ ਨਾਲ ਲੱਗਦਾ ਸੂਬਾ ਆ ਉੱਥੋਂ ਦੀ ਇੱਕ ਮੈਂਬਰ ਪਾਰਲੀਮੈਂਟ ਔਰ ਸੈਲੀਬ੍ਰਿਟੀ ਹੋਵੇ ਉਹ ਵਾਰ ਵਾਰ ਅਜਿਹੀਆਂ ਗੱਲਾਂ ਕਰਦੀ ਹੈ ਤੇ ਇਹਦੇ ਨਾਲ ਨਫ਼ਰਤ ਦੇ ਵਜੋਂ ਕੀ ਲੱਗਦਾ ਕਿ ਵਾਰ ਵਾਰ ਇਹੋ ਜਿਹੇ ਵਿਵਾਦਿਤ ਬੋਲ ਕਿਉਂ ਬੋਲੇ ਜਾਂਦੇ, ਕਿ ਕੋਈ ਐਕਸ਼ਨ ਨਹੀਂ ਲੈਂਦੀ ਬੀਜੇਪੀ, ਆ ਇਸ ਦੀ ਅਸਲੀ ਵਜ੍ਹਾ ਹੈ, ਇੱਕ ਵਜ੍ਹਾ ਹੋ ਸਕਦੀ ਹੈ? ਦੇਖੋ ਇਹ ਦੇਖੋ ਇਸ ਤਰ੍ਹਾਂ ਹੁੰਦਾ ਕਿ ਕਿਸੇ ਕੋਲੋਂ ਕੋਈ ਇੱਕ ਵਾਰ ਵਿਵਾਦਿਤ ਟਿੱਪਣੀ ਹੋ ਜਾਏ ਨਾ ਤਾਂ ਸੋਚਦਾ ਜ਼ਰੂਰ ਹੈ ਮੈਥੋਂ ਆ ਯਾਰ ਕਿਸੇ ਨਾ ਕਿਸੇ ਰੂਪ ਚ ਗਲਤੀ ਹੋ ਗਈ, ਇੱਕ ਵਾਰ ਹੋ ਗਈ, ਦੂਜੀ ਵਾਰ ਹੋ ਗਈ। ਔਰ ਇੱਥੋਂ ਤੱਕ ਕਿ ਭਾਰਤੀ ਜਨਤਾ ਪਾਰਟੀ ਵੀ ਕਹਿੰਦੀ ਹੈ ਕਿ ਅਸੀਂ ਨੋਟਿਸ ਲਿਆ ਆ, ਹਾਂਜੀ ਅਸੀਂ ਉਹਨੂੰ ਸਮਝਾਇਆ ਆ, ਉਹਨੂੰ ਕਹਿ ਦਿੱਤਾ ਹੈ, ਉਹਦਾ ਬਿਆਨ ਨਿੱਜੀ ਹੈ। ਇਹ ਕਦੇ ਵੀ ਕਿਸੇ ਵੀ ਜਿਹੜਾ ਰਾਜਨੀਤੀ ਦੇ ਵਿੱਚ ਸਰਗਰਮ ਹੁੰਦਾ ਹੈ ਕਿਸੇ ਪਾਰਟੀ ਦਾ ਆਗੂ ਹੁੰਦਾ ਆ ਉਹਦਾ ਬਿਆਨ ਨਿੱਜੀ ਨਹੀਂ ਹੁੰਦਾ ਜੀ। ਵਲਟੋ ਹਾਜੀ ਤੁਸੀਂ ਸਾਡੇ ਨਾਲ ਜੁੜੇ ਰਹੋ, ਸਾਡੇ ਨਾਲ ਬੀਜੇਪੀ ਆਗੂ ਹਰਜੀਤ ਗਰੇਵਾਲ ਵੀ ਜੁੜ ਚੁੱਕੇ ਨੇ ਸਰ, ਬਹੁਤ ਬਹੁਤ ਸਵਾਗਤ ਤੁਹਾਡਾ ਨਿਊਜ਼ 18 ਪੰਜਾਬ ਤੇ। ਕੰਗਣਾ ਰਣੌਤ ਦੇ ਵੱਲੋਂ ਇੱਕ ਵਾਰ ਮੁੜ ਤੋਂ ਵਿਵਾਦਿਤ ਬੋਲ ਬੋਲੇ ਗਏ ਨੇ, ਹਿਮਾਚਲ ਚਿੱਟੇ ਦੇ ਲਈ, ਡਰੱਗਸ ਦੇ ਲਈ ਪੰਜਾਬ ਦੇ ਨੌਜਵਾਨਾਂ ਨੂੰ ਸਿੱਧੇ ਤੌਰ ਤੇ ਜ਼ਿੰਮੇਵਾਰ ਠਹਿਰਾਇਆ ਗਿਆ। ਹਾਂਜੀ ਜੀ, ਮੇਰਾ ਖਿਆਲ ਹੈ ਕਿ ਉਹਨੂੰ ਪੰਜਾਬ ਦੀ ਹਿਸਟਰੀ ਪੜ੍ਹ ਲੈਣੀ ਚਾਹੀਦੀ ਆ, ਪੰਜਾਬ ਦੇ ਲੋਕਾਂ ਵਾਲੇ। ਉਹਨੇ ਇੱਕ ਬਿਆਨ ਚ ਇਹ ਵੀ ਕਿਹਾ ਕਿ ਪੰਜਾਬ ਇੱਧਰਲੇ ਲੋਕ ਜਿਹੜੇ ਆ ਉਗਰ ਹੁੰਦੇ ਆ, ਸੁਭਾਅ ਉਗਰ ਹੁੰਦਾ। ਸਾਨੂੰ ਤਾਂ ਗੁਰੂ ਨਾਨਕ ਦੇਵ ਨੇ ਇੱਕੋ ਹੀ ਸਿੱਖਿਆ ਦਿੱਤੀ ਆ, ਨਾਨਕ ਨੀਵਾ ਜੋ ਚੱਲੇ ਲਾਗੇ ਨਾ ਤਾਤੀ ਪਵਾ। ਉਹਨੂੰ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ, ਮੈਂ ਤਾਂ ਇਹੀ ਕਹੂੰਗਾ। ਔਰ ਬਾਕੀ ਤਾਂ ਮੇਰਾ ਖਿਆਲ ਆ ਪਰਮਾਤਮਾ ਨੂੰ ਸਦਬੁੱਧੀ ਦੇਵੇ, ਇਹ ਵੀ ਕਹਿ ਸਕਦੇ ਹਾਂ, ਤੇ ਸਦਬੁੱਧੀ ਅਜੇ ਤੱਕ ਹੈ ਨੀ। ਪਾਰਲੀਮੈਂਟ ਆ ਦੇਖੋ ਜਿੰਨਾ ਆਦਮੀ ਬੜਾ ਹੁੰਦਾ ਜਾਂਦਾ ਨਾ ਓਨਾ ਹੀ ਉਹ ਰਿਸਪੋਂਸੀਬਲ ਹੁੰਦਾ ਜਾਂਦਾ, ਉਹਦੇ ਸ਼ਬਦਾਂ ਦੀ ਕੀਮਤ ਹੁੰਦੀ ਹੈ। ਤੇ ਸਾਡੇ ਸੰਤ ਬਾਬਾ ਹਰਚੰਦ ਸਿੰਘ ਲੌਂਗੋਵਾਲ ਪ੍ਰਧਾਨ ਰਹੇ ਆ, ਮੈਂ ਛੋਟਾ ਜਿਹਾ ਹੁੰਦਾ ਸੀ ਉਹਨਾਂ ਨੂੰ ਮਿਲਦਾ ਹੁੰਦਾ ਸੀ, ਤੇ ਵਾਕਈ ਸੰਤ ਸੀ ਉਹ ਇੱਕੋ ਗੱਲ ਕਹਿੰਦੇ ਹੁੰਦੇ ਸੀ, ਦੇਖੋ ਹੁਣ ਮੈਂ ਪ੍ਰਧਾਨ ਬਣ ਗਿਆ, ਹੁਣ ਮੈਂ ਜ਼ਿਆਦਾ ਨਹੀਂ ਬੋਲ ਸਕਦਾ, ਸਰਲ ਸੁਭਾਅ ਦੇ ਸੀ। ਤੇ ਹੁਣ ਸਾਡੇ ਸ਼ਬਦਾਂ ਦੀ ਕੀਮਤ ਆ, ਜੋ ਬੋਲਦਾ ਅਕਾਲੀ ਗੱਲ ਬੋਲਦਾ, ਤੇ ਇਸ ਕਰਕੇ ਮੈਂ ਹੁਣ ਜ਼ਿਆਦਾ ਗੱਲ ਨਹੀਂ ਕਰਨੀ। ਨਹੀਂ ਤੁਹਾਨੂੰ ਨਹੀਂ ਲੱਗਦਾ ਕਿ ਇਹੋ ਜਿਹੇ ਸਟੇਟਮੈਂਟਸ ਬੀਜੇਪੀ ਦੇ ਅਕਸ ਨੂੰ ਡੈਂਟ ਕਰਦੀਆਂ ਨੇ? ਨਹੀਂ, ਸਭ ਕੁਛ ਹੀ ਕਰਦੀਆਂ, ਉਹਨੂੰ ਖੁਦ ਨੂੰ ਵੀ ਕਰਦੀਆਂ ਨੇ, ਉਹ ਦੁਬਾਰਾ ਲੋਕਾਂ ਨੇ ਸਮਝਣ ਲੱਗ ਜਾਣਾ ਕਿ ਇਹਦਾ ਸੁਭਾਅ ਇਦਾਂ ਹੀ ਬੋਲਣ ਦਾ, ਬਿਨਾ ਮਤਲਬ ਤੋਂ ਬੋਲਦੀ ਆ, ਤੇ ਨਹੀਂ ਤਾਂ ਮੈਂਬਰ ਪਾਰਲੀਮੈਂਟ ਕਿ ਆ ਬੀਜੇਪੀ ਦੀ ਸ਼ਹਿਰ ਤੇ ਹੋ ਰਿਹਾ ਤਾਂ ਹੀ ਐਕਸ਼ਨ ਨਹੀਂ ਲਿਆ ਜਾਂਦਾ? ਨਹੀਂ ਜੀ, ਜਿਹੜੇ ਕਹਿੰਦੇ ਆ ਨਾ ਉਹਨਾਂ ਨੂੰ ਪੂਰੀ ਜਾਣਕਾਰੀ ਨਹੀਂ, ਜਿਸ ਤਰ੍ਹਾਂ ਹੁਣ ਕੱਲ ਵੀ ਮੈਂ ਬੋਲਿਆ ਸੀ, ਉਹਨੇ ਮਹਾਤਮਾ ਗਾਂਧੀ ਜੀ ਬਾਰੇ ਬੋਲਿਆ, ਤੇ ਤੁਹਾਨੂੰ ਇਹ ਪਤਾ ਕਿ ਸੰਘ ਦੀ ਸ਼ਾਖਾ ਦੇ ਅੰਦਰ ਸੁਬਹਾ ਜਿਹੜਾ ਪ੍ਰਾਤਾ ਸਮਰਣੀ ਹੈ, ਵਿਅਕਤੀਆਂ ਦੇ ਨਾਂ ਲਏ ਜਾਂਦੇ ਆ, ਸੁਬਹਾ ਜਿਹਨਾਂ ਨੂੰ ਨਮਸਕਾਰ ਪ੍ਰਣਾਮ ਕੀਤਾ ਜਾਂਦਾ, ਉਹਨਾਂ ਚ ਮਹਾਤਮਾ ਗਾਂਧੀ ਇੱਕ ਆ, ਤੇ ਬਾਕੀ ਵੀ ਹੈਗੇ ਨੇ। ਇਸ ਕਰਕੇ ਕੰਗਣਾ ਰਣੌਤ ਨੂੰ ਜੇ ਸਾਡੀ
ਵਿਚਾਰਧਾਰਾ ਦੀ ਜਾਣਕਾਰੀ ਹੋਵੇ ਤਾਂ ਉਹ ਇਸ ਤਰ੍ਹਾਂ ਦੀਆਂ ਹਰਕਤਾਂ ਨਾ ਕਰੇ, ਉਹਨੂੰ ਪਤਾ ਹੀ ਨਹੀਂ। ਤੇ ਮੈਂ ਸਮਝਦਾ ਕਿ ਜ਼ਿਆਦਾ ਬੋਲਣਾ ਵੀ ਕਈ ਵਾਰ ਹਾਨੀਕਾਰਕ ਹੁੰਦਾ। ਹਰ ਹਰ ਵਿਸ਼ੇ ਤੇ ਜ਼ਰੂਰ ਬੋਲਣਾ ਪੂਰੀ, ਹੁਣ ਜਿਸ ਤਰ੍ਹਾਂ ਮੈਂਬਰ ਪਾਰਲੀਮੈਂਟ ਆ, ਇੰਟੈਲੀਜੈਂਸ ਇਨਪੁਟਸ ਲਵੇ ਕਿ ਕਿੱਥੋਂ ਆਉਂਦਾ ਨਸ਼ਾ, ਕਿੱਥੇ ਜਾਂਦਾ, ਕੀ ਹੁੰਦਾ, ਤੇ ਉਸ ਤੋਂ ਪਹਿਲਾਂ ਹੀ ਬੋਲਣਾ, ਬਿਨਾਂ ਹੀ ਮਤਲਬ ਤੋਂ ਸੁਣੀ ਸੁਣਾਈ ਗੱਲ ਕਰ ਦੇਣਾ। ਮੈਂ ਸਮਝਦਾ ਅਣਜਾਣ ਆ ਉਹ ਜੋ ਕੰਮ ਕਰ ਰਹੀ ਆ, ਉਹਨੂੰ ਇਹ ਵੀ ਨਹੀਂ ਪਤਾ ਕਿ ਪਾਰਟੀ ਦਾ ਅਨੁਸ਼ਾਸਨ ਕੀ ਹੁੰਦਾ। ਪਾਰਟੀ ਦੇ ਪ੍ਰੈਜ਼ੀਡੈਂਟ ਨੇ ਬੁਲਾ ਕੇ ਉਹਨੂੰ ਕਹਿਤਾ ਕਿ ਵੀ ਇਹ ਕੰਮ ਨਾ ਕਰ, ਲੈਟਰ ਲਿਖ ਕੇ ਦੇਤਾ ਕਿ ਇਹ ਕੰਮ ਨਾ ਕਰੋ, ਗਰੇਵਾਲ ਸਾਹਿਬ ਬਹੁਤ ਸਿਆਣੇ ਨੇ। ਦੇਖੋ ਉਹਨਾਂ ਨੇ ਤਾਂ ਸਪਸ਼ਟ ਰੂਪ ਦੇ ਅੰਦਰ ਬਹੁਤ ਸਾਰੇ ਉਹਨਾਂ ਨੂੰ ਸੁਝਾਅ ਵੀ ਦਿੱਤੇ ਨੇ, ਔਰ ਉਹਨਾਂ ਨੇ ਇੱਕ ਲੀਡਰ ਦੀ ਕੀ ਮਰਿਆਦਾ ਹੁੰਦੀ ਆ, ਉਹਦੀ ਭਾਸ਼ਾ ਦਾ ਕੀ ਮੁੱਲ ਹੁੰਦਾ, ਉਹਨੂੰ ਬਿਲਕੁਲ ਉਹਨਾਂ ਨੇ ਆਪਣੇ ਰੂਪ ਦੇ ਅੰਦਰ, ਕਿਉਂਕਿ ਉਹ ਪਾਰਟੀ ਦੇ ਬੁਲਾਰੇ ਨੇ, ਜਦੋਂ ਪਾਰਟੀ ਦਾ ਕੋਈ ਬੁਲਾਰਾ ਗੱਲ ਕਰਦਾ ਤਾਂ ਉਹਦੀ ਬਹੁਤ ਵੱਡੀ ਮਹੱਤਤਾ ਹੁੰਦੀ ਹੈ। ਮਾਨਯੋਗ ਸਰ ਬਿਰਸਾ ਸਿੰਘ ਬਲਟੋਹਾ ਸਾਹਿਬ, ਸਰਦਾਰ ਸਾਹਿਬ ਉਹ ਵੀ ਬੈਠੇ ਆ, ਉਹਨਾਂ ਨੇ ਵੀ ਬਹੁਤ ਕੁਝ ਕਹਿਣ ਦਾ ਔਰ ਸਮਝਾਉਣ ਦੀ ਜਾਣੀ ਯਤਨ ਕੀਤਾ। ਸੋ ਮੈਂ ਗਰੇਵਾਲ ਸਾਹਿਬ ਬਹੁਤ ਸੂਝਵਾਨ ਨੇ, ਬਲਟੋਹਾ ਸਾਹਿਬ ਵੀ ਬਹੁਤ ਸੂਝਵਾਨ ਨੇ, ਪੁਰਾਣੇ ਮੈਂ ਬਹੁਤ ਲੰਬੇ ਸਮੇਂ ਤੋਂ ਜਾਣਦਾ। ਗਰੇਵਾਲ ਸਾਹਿਬ ਨੂੰ ਬਚਪਨ ਦਾ ਮੈਂ ਵੀ ਸੁਣਦਾ ਸੀਗਾ, ਬਲਟੋਹਾ ਸਾਹਿਬ ਨੂੰ ਵੀ ਸੁਣਦਾ ਰਿਹਾ। ਜਦੋਂ ਬਾਦਲ ਸਾਹਿਬ ਬੋਲਦੇ ਹੁੰਦੇ ਸੀ ਉਹਦੀ ਕੀਮਤ ਹੁੰਦੀ ਸੀ ਵਿਚਾਰਾਂ ਦੀ, ਹੋਰ ਕੋਈ ਪਾਰਟੀ ਦੇ ਲੀਡਰ ਲੌਂਗੋਵਾਲ ਸਾਹਿਬ ਦੀ ਗੱਲ ਹੋਈ, ਬਹੁਤ ਵੱਡੇ ਨੇਤਾਵਾਂ ਦੀ ਆਪਾਂ ਗੱਲ ਕਰ ਸਕਦੇ ਹਾਂ। ਅੱਜ ਹੁਣ ਜੇ ਉਹਨਾਂ ਨੂੰ ਮਰਿਆਦਾ ਦਾ ਕੋਈ ਖਿਆਲ ਹੀ ਨਹੀਂ ਹੈ, ਜੇ ਹੁਣ ਗਰੇਵਾਲ ਸਾਹਿਬ ਉਹਨਾਂ ਨੂੰ ਵੀ ਸੁਝਾਅ ਦੇ ਰਹੇ, ਉਹਨਾਂ ਦੀ ਪਾਰਟੀ ਦੇ ਨੇਤਾ ਹੁੰਦਿਆਂ ਉਹਨਾਂ ਦੇ ਬੁਲਾਰੇ ਹੁੰਦਿਆਂ, ਫਿਰ ਇਦੋਂ ਵੱਧ ਤਾਂ ਹੁਣ ਕੋਈ ਗੱਲ ਕਹਿਣ ਵਾਲੀ ਰਹਿ ਨਹੀਂ ਜਾਂਦੀ। ਮੈਂ ਤਾਂ ਤੁਹਾਡੇ ਮਾਧਿਅਮ ਦੇ ਰਾਹੀਂ ਉਹਨਾਂ ਨੂੰ MP ਸਾਹਿਬ ਨੂੰ ਬੇਨਤੀ ਕਰਾਂਗਾ ਕਿ ਜਾਣ ਦਿਓ, ਛੱਡੋ, ਜੋ ਤੁਹਾਡੀ ਪਾਰਟੀ ਦੀ ਗੱਲ ਹੈ ਉਸ ਲਾਈਨ ਨੂੰ ਫੜੋ, ਤਾਂ ਕਿ ਕੋਈ ਅਜਿਹਾ ਟਕਰਾਅ ਤੇ ਅਜਿਹੀ ਕੋਈ ਗੱਲਬਾਤ ਨਾ ਹੋਵੇ ਤੇ ਸਾਰੇ ਅਮਨ ਅਮਾਨ ਤੇ ਸ਼ਾਂਤੀ ਦੇ ਨਾਲ ਰਹਿਣ। ਬਲਟੋਹਾ ਸਾਹਿਬ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਦੀਆਂ ਸਿੱਖ ਸ਼ਹਾਦਤਾਂ ਨੇ ਇਹ ਸਾਡੇ ਦੇਸ਼ ਨੂੰ ਤੇ ਪੰਜਾਬ ਨੂੰ ਤੇ ਸਾਡੀ ਸਿੱਖੀ ਨੂੰ ਬਚਾਇਆ, ਤੇ ਫਿਰ ਇਸ ਤੋਂ ਵੱਡੀ ਤਾਂ ਕੋਈ ਗੱਲ ਹੋਰ ਰਹਿ ਨਹੀਂ ਜਾਂਦੀ। ਗਰੇਵਾਲ ਸਾਹਿਬ ਨੇ ਵੀ ਸਪਸ਼ਟ ਕਰ ਦਿੱਤਾ। ਮੈਂ ਚਾਹੁੰਦਾ ਕਿ ਅਜਿਹੀ ਜਿਹੜੀ ਸਾਰਥਕ ਵਿਚਾਰਧਾਰਾ ਦੀ ਗੱਲ ਅੱਜ ਆਪਾਂ ਡਿਬੇਟ ਕਰ ਰਹੇ ਹਾਂ, ਅਜਿਹੀ ਡਿਬੇਟ ਹੋਣੀ ਚਾਹੀਦੀ ਹੈ ਤਾਂ ਕਿ ਦੇਸ਼ ਦੇ ਲੋਕਾਂ ਨੂੰ ਕੋਈ ਇੱਕ ਲਾਈਨ ਮਿਲੇ, ਨੌਜਵਾਨ ਪੀੜ੍ਹੀ ਨੂੰ ਕੋਈ ਇੱਕ ਲਾਈਨ ਮਿਲੇ। ਕੰਗਣਾ ਰਣੌਤ ਜੀ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ, ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਬਲਟੋਹਾ ਜੁੜੇ, ਬਹੁਤ ਬਹੁਤ ਸ਼ੁਕਰੀਆ। ਹਰਜੀਤ ਗਰੇਵਾਲ ਬੀਜੇਪੀ ਆਗੂ ਸਰ ਨਾਲ ਜੁੜੇ, ਹਾਲਾਂਕਿ ਵਿਰੋਧੀਆਂ ਦਾ ਕਹਿਣਾ ਹੈ ਕਿ ਦੇਸ਼ 'ਚ ਅੱਗ ਲਗਾਉਣ ਦਾ ਕੰਮ MP ਕੰਗਣਾ ਰਣੌਤ ਦੇ ਵੱਲੋਂ ਕੀਤਾ ਜਾ ਰਿਹਾ ਹੈ। जैसे कि प्रधान जी ने भी कहा कि हरे से जे आगे पीछे राज्य उठाते नई नई चीजा लग रही हरे थी आने, कोई चिट्टा, कोई कुछ, कोई कुछ। इन्होंने हमारे जो है यूथ को पूरी तरह से जो है वो बर्बाद कर दिया है। हाँ, इन आते ने कुछ सीखना आया, जो चाहे चिट्टा हो, चाहे उग्रता हो, चाहे कुछ भी हो, तू जो पता मैं कुछ राज्य की गल करी रही, बड़ा उग्र इनका स्वभाव होता है, बाइक कर रहा है बड़ भाई हो हल्ला कराए, ड्रग्स कराए, पता नहीं केड़ी केड़ी शराबा पिए, बड़ भाई उत्पात मचाए रहा हुआ इन्हें। तो उससे जो है मैं ये कहूंगी कि हमारे हिमाचल वासियों का जो अपनी जो संस्कृति है,
हमारा अपना जो ग्रामीण कल्चर है, हमारे अपने जो बच्चे हैं, वो किसी तरीके से जो है इनके प्रभाव में ना आए।